ਫਰਦੀ ਆ ਸਰਪੰਚ ਸਾਹਿਬ ਦਾ ਭੀਮ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਅੱਛਾ ਕੰਮ ਅੱਜ ਕੀਤਾ। ਅੱਖਾਂ ਦਾ ਚੈੱਕਅਪ ਹੈ, ਨਾਲ ਅੱਖਾਂ ਦੇ ਆਪਰੇਸ਼ਨ ਵੀ ਹੋਣਗੇ, ਔਰ ਇਹ ਮੈਡੀਕਲ ਕੈਂਪ ਲਗਾ ਕੇ ਇਹਨਾਂ ਨੇ ਬਹੁਤ ਹੀ ਮਾਨਵਤਾ ਲਈ ਇੱਕ ਅੱਛਾ ਸੇਧ ਦਿੱਤੀ ਆ। ਮੈਂ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਔਰ ਧੰਨਵਾਦੀ ਵੀ ਹਾਂ। ਹਰ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਆਪਾਂ ਨੂੰ ਅੱਗੇ ਆਉਣਾ ਚਾਹੀਦਾ, ਲੋਕਾਂ ਦੇ ਕੰਮਾਂ ਲਈ, ਲੋਕਾਂ ਦੇ ਭਲੇ ਲਈ। ਜਿਹੜੇ ਲੋਕ ਅੱਗੇ ਆਉਂਦੇ ਨੇ ਉਹਨਾਂ ਨੂੰ ਹਮੇਸ਼ਾ ਤਰੱਕੀ ਔਰ ਆਤਮਾ ਨੂੰ, ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ। ਪਾਕਿਸਤਾਨ ਵਾਲਿਆਂ ਦਾ ਤਾਂ ਵਾਰ ਹੀ ਕੋਈ ਨਹੀਂ, ਕਦੇ ਕੁਛ ਬੋਲਦੇ ਨੇ, ਕਦੇ ਕੁਛ ਬੋਲਦੇ ਨੇ, ਨਾ ਅਖਬਾਰ ਕੀਤਾ ਜਾਣਾ ਚਾਹੀਦਾ। ਔਰ ਜਦੋਂ ਜਦੋਂ ਵੀ ਪਾਕਿਸਤਾਨ 'ਤੇ ਅਸੀਂ ਐਤਬਾਰ ਕੀਤਾ, ਉਦੋਂ ਹੀ ਘਾਤਕ ਸਾਬਤ ਹੋਇਆ। ਆ ਸਾਨੂੰ ਇਹਨਾਂ 'ਤੇ ਬਿਲਕੁਲ ਐਤਬਾਰ ਨਹੀਂ ਕਰਨਾ ਚਾਹੀਦਾ। ਠੀਕ ਹੈ, ਮੈਂ ਸਮਝਦਾ ਉਹਨਾਂ ਦਾ ਧੰਨਵਾਦੀ ਹਾਂ, ਇਮਰਾਨ ਖਾਨ ਦਾ, ਉੱਧਰਲੇ ਪ੍ਰਧਾਨ ਮੰਤਰੀ ਦਾ, ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੀ ਹੈ ਮੋਦੀ ਸਾਹਿਬ ਦਾ, ਜਿਨ੍ਹਾਂ ਨੇ ਇਸ ਕਰਕੇ ਧੰਨਵਾਦੀ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਲਾਂਘੇ ਦੀ ਦੋਨਾਂ ਨੇ ਮਨਜ਼ੂਰੀ ਦਿੱਤੀ ਆ, ਕਿਉਂਕਿ ਇਹ ਦੇਸ਼ ਟੂ ਦੇਸ਼ ਗੱਲ ਸੀ, ਇਹ ਸਟੇਟ ਟੂ ਸਟੇਟ ਨਹੀਂ ਹੈ। ਇਹ ਦੋਨਾਂ ਪ੍ਰਧਾਨ ਮੰਤਰੀ ਜੇ ਇੱਕ ਵੀ ਨਾ ਮੰਨਦਾ ਤਾਂ ਲਾਂਘਾ ਨਹੀਂ ਸੀ ਖੁੱਲ੍ਹਦਾ। ਉਹਨਾਂ ਦਾ ਧੰਨਵਾਦ ਹੈ, ਪਰ ਇਸ ਖੁਸ਼ੀ 'ਚ ਆਪਾਂ ਲਾਂਘਾ ਖੁੱਲ੍ਹ ਗਿਆ ਕਿ ਆਪਣੇ ਬਚਾਓ ਦੇ ਜਿਹੜੇ ਸਾਧਨ ਨੇ ਅਸੀਂ ਬੰਦ ਕਰ ਦਈਏ, ਅੱਖਾਂ ਮੀਚ ਕੇ ਐਤਵਾਰ ਕਰੀਏ। ਅੱਖਾਂ ਮੀਚ ਕੇ ਐਤਵਾਰ ਕਰਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਸਾਡੇ 'ਤੇ ਹਾਵੀ ਹੋ ਜਾਏਗਾ। ਹੈਗਾ ਤੁਹਾਨੂੰ ਪਾਕਿਸਤਾਨ ਤਾਂ ਖੱਖੜੀਆਂ ਵਾਂਗੂ ਖਿੰਡਿਆ ਪਿਆ, ਉੱਥੇ ਤਾਂ ਫੌਜ ਦਾ ਰਾਜ ਹੈ। ਇਹ ਤਾਂ ਐਵੇਂ ਮੂੰਹ, ਜਿਹੜਾ ਅੱਜ ਇਮਰਾਨ ਖਾਨ ਵੀ ਹੈ ਉਹਦੇ ਪਿੱਛੇ ਵੀ ਜਿਹੜੇ ਫੌਜੀ ਦੀਆਂ ਤਾਕਤਾਂ ਨੇ, ਅੱਤਵਾਦੀ ਦੀਆਂ ਤਾਕਤਾਂ ਬੋਲਦੀਆਂ ਨੇ, ਆਪਾਂ ਨੂੰ ਉਹੀ ਲੱਗਦਾ ਦਾ ਸਤਿਕਾਰ ਕਰਨਾ ਚਾਹੀਦਾ। ਮਾਂ ਦੇ ਰੂਪ 'ਚ ਹੈ, ਭੈਣ ਦੇ ਰੂਪ 'ਚ ਹੈ, ਬੇਟੀ ਦੇ ਰੂਪ 'ਚ ਹੈ, ਨੂੰਹ ਦੇ ਰੂਪ 'ਚ ਹੈ, ਮਾਸੀ ਦੇ ਰੂਪ 'ਚ ਹੈ, ਨਾਨੀ ਦੇ ਰੂਪ 'ਚ ਹੈ। ਮਹਿਲਾ ਇੱਕ ਸ਼ਕਤੀ ਹੈ, ਜਿਹੜੇ ਸਾਰੇ ਰਿਸ਼ਤੇ ਬਣਦੇ, ਜੇ ਮਹਿਲਾ ਨਾ ਹੁੰਦੀ ਅਸੀਂ ਕੋਈ ਵੀ ਨਾ ਹੁੰਦੇ। ਹੈਦਰਾਬਾਦ ਵਾਸਤੇ ਕੈਂਪ ਲਗਾਇਆ ਗਿਆ, ਆਪਰੇਸ਼ਨ ਕੀਤੇ ਜਾਣਗੇ, ਐਨਕਾਂ ਦਿੱਤੀਆਂ ਜਾਣਗੀਆਂ, ਸਾਰ ਦਵਾਈਆਂ ਦਿੱਤੀਆਂ ਜਾਣਗੀਆਂ ਫਰੀ ਸਭ ਨੂੰ। ਪੰਚਾਇਤ ਵੱਲੋਂ ਇਹ ਕੈਂਪ ਲਗਾਇਆ ਗਿਆ, ਸਾਧੂ ਸਿੰਘ ਧਰਮਸੋਤ ਜੀ ਮੰਤਰੀ ਜੀ ਇਸ ਕੈਂਪ ਦਾ ਉਦਘਾਟਨ ਕਰਕੇ ਗਏ। ਜੀ ਬਨੇਰਾ ਕਲਾਂ ਪੰਚਾਇਤ ਦਾ ਇਹ ਜਿਹੜਾ ਬਹੁਤ ਖਰਚੇ ਕਰਕੇ ਲੋਕ ਆਪਣੀਆਂ ਅੱਖਾਂ ਸਮਰਾਉਂਦੇ ਨੇ ਜਾਂ ਫਿਰ ਇਲਾਜ ਕਰਾਉਂਦੇ ਨੇ, ਉਹ ਇੱਥੇ 'ਚ ਫ੍ਰੀ ਕੀਤੇ ਜਾਣਗੇ ਅਤੇ ਦਵਾਈਆਂ ਅਤੇ ਐਨਕਾਂ ਦਿੱਤੀਆਂ ਜਾਣਗੀਆਂ।